ਪਿੰਡ ਇਹਦੇ ਵਰਗੀ ਇੱਕ ਕਰਤਾਰਾ ਉਹ ਲਾਉਂਦਾ ਹਰੇਕ ਵੀਰਵਾਰ ਨੂੰ ਚੌਕੀ ਆਏ ਸਿਰ ਘੁਮਾਉਂਦਾ ਆ ਗਿਆ ਮੇਰੇ ਦੇ ਵਿੱਚ ਬਾਬਾ ਆ ਉੱਠੋ ਜਿਹਨੇ ਕੰਨ ਪਾਇਆ ਮੱਝ ਨੀ ਮਿਲਦੀ ਉਹ ਕਿਹੜੇ ਮੁੰਡਾ ਨੀ ਹੁੰਦਾ ਹੋਲੇ ਖੜੇ ਇਹ ਪੁੱਛਾਂ ਦੇਣ ਵਾਲੇ ਬਾਬਾ ਜੀ ਨਹੀਂ ਹੈ ਸਾਡੀ ਕੋਸ਼ਿਸ਼ ਹੈ ਕਿ ਇਹ ਬਾਬਾ ਜੀ ਵੀ ਜਿਹੜੇ ਆ ਤੇ ਇਹਨਾਂ ਯੋਗਾ ਜਿਹੜਾ ਇਹਦੇ ਤੱਕ ਆਮ ਆਦਮੀ ਨਹੀਂ ਪਹੁੰਚ ਸਕਦਾ ਸਾਡੇ ਚੈਨਲ ਦੀ ਇਹ ਕੋਸ਼ਿਸ਼ ਹੈ ਕਿ ਆਮ ਆਦਮੀ ਯੋਗਾ ਤੱਕ ਵੀ ਪਹੁੰਚੇ ਤੇ ਬਾਬਾ ਜੀ ਤੱਕ ਵੀ ਪਹੁੰਚੇ ਤੇ ਅੱਜ ਬਾਬਾ ਜੀ ਸਾਡੇ ਸਟੂਡੀਓ ਚ ਆਏ ਨੇ ਇੱਧਰ ਆਮ ਆਦਮੀ ਬੈਠਾ ਹੈ ਸੋ ਬਾਬਾ ਜੀ ਤੇ ਆਮ ਆਦਮੀ ਆਮਣੇ ਸਾਹਮਣੇ ਸਭ ਤੋਂ ਪਹਿਲਾਂ ਇਸ ਤੋਂ ਪਹਿਲਾਂ ਅਸੀਂ ਯੋਗਾ ਦੀ ਗੱਲ ਕਰੀਏ ਮੈਂ ਆਮ ਆਦਮੀ ਨੂੰ ਪੁੱਛਣਾ ਚਾਹੁੰਦਾ ਹੈ ਕਿ ਤੁਸੀਂ ਯੋਗਾ ਬਾਰੇ ਕੀ ਜਾਣਦੇ ਹੋ ਯੋਗੇ ਬਾਰੇ ਹਾਂਜੀ ਬਹੁਤ ਜਾਣਦਾ ਉਹ ਯੋਗੇ ਨੂੰ ਕੌਣ ਨੀ ਜਾਣਦਾ ਸਾਰਾ ਪਿੰਡ ਜਾਣਦਾ ਜੀ ਸਾਡੇ ਪਿੰਡ ਦੇ ਨੰਬਰਦਾਰ ਦਾ ਮੁੰਡਾ ਪਹਿਲਾਂ ਨੰਬਰਦਾਰ ਫੀਮ ਖਾਂਦਾ ਰਿਹਾ ਬਾਹਰ ਯੋਗਾ ਲਾ ਗਿਆ ਭੁੱਕੀ ਖਾਣਾ ਸੂਏ ਜੇ ਟੀਕੇ ਜੇ ਲਾਉਣ ਲੱਗ ਗਿਆ ਉਹਦੇ ਨਾਲ ਆਈਆਂ ਚ ਪਰੀਖੜੇ ਕੈਪਸੂਲ ਜੇ ਵੀ ਖਾਣ ਲੱਗ ਗਿਆ ਉਦੋਂ ਬਾਅਦ ਜ਼ਮੀਨ ਵਿਕਦੀ ਵਿਕਦੀ ਵਿਕੀ ਪਿਓ ਪੁੱਤਾਂ ਨੇ ਨਸ਼ੇ ਮੂਹੇ ਸਾਰੀ ਜ਼ਮੀਨ ਵੇਚਤੀ ਯੋਗਾ ਨੰਗ ਹੋ ਗਿਆ ਉਹ ਸਾਰਾ ਪਿੰਡ ਯੋਗਾ ਨੰਗ ਕਹਿਣ ਲੱਗ ਗਿਆ ਫਿਰ ਕਹਿੰਦਾ ਮੇਰਾ ਵਿਆਹ ਲਾ ਨੰਗ ਜੋਗੇ ਦਾ ਕੋਈ ਹੀਰ ਨਾ ਤੋਰ ਦੇ ਲਾ ਕੇ ਕਿਸੇ ਨੇ ਉਹਨੂੰ ਕੁੜੀ ਨੀ ਦਿੱਤੀ ਉਹਦਾ ਵਿਆਹ ਨੀ ਹੋਇਆ ਛੜਾ ਜੋਗਾ ਕਹਿਣ ਲੱਗੇ ਫਿਰ ਜੋਗਾ ਹਰ ਕੇ ਜੀ 5000 ਰੁਪਏ ਚ ਬੰਗਾਲ ਤੋਂ ਘਰ ਲਿਆ ਉਹ ਵੀ ਪੰਜ ਛੇ ਮਹੀਨੇ ਬਾਅਦ ਭੱਜ ਗਈ ਉਹਦੇ ਬਾਅਦ ਜੋਗਾ ਫਿਰਦਾ ਹੁਣ ਠੋਕਰਾਂ ਹੀ ਖਾਂਦਾ ਨਾ ਬਾਹਰ ਜੋਗਾ ਨਾ ਘਰ ਜੋਗਾ ਉਹ ਕਹਿੰਦਾ ਜੋਗਾ ਓਹੋ ਅਸੀਂ ਤੁਹਾਡੇ ਪਿੰਡ ਵਾਲੇ ਯੋਗੇ ਦੀ ਗੱਲ ਨਹੀਂ ਕਰ ਰਹੇ ਦੂਜੇ ਯੋਗੇ ਦੀ ਗੱਲ ਕਰ ਰਹੇ ਹਾਂ ਦੂਜੇ ਯੋਗੇ ਦੀ ਗੱਲ ਕਰ ਦੋ ਉਹ ਦੂਜਾ ਨਾਜਰ ਦਾ ਛੋਟਾ ਮੁੰਡਾ ਉਹਦਾ ਬੇਚਾਰਾ 3 ਸਾਲ ਦਾ ਹੈ ਉਹ ਤਾਂ ਕਾਥੇ ਯੋਗਾ ਉਹ ਨਾਜਰ ਕੇ ਯੋਗੇ ਦੀ ਨੀ ਇਹ ਦੂਸਰਾ ਯੋਗਾ ਜਿਹੜਾ ਤੁਸੀਂ ਬਾਬਾ ਜੀ ਨੂੰ ਦੇਖਿਆ ਟੈਲੀਵਿਜ਼ਨ ਦੇ ਸਿਰੇ ਸਿਰੇ ਆਉਂਦੇ ਆ ਉਹ ਕੁਛ ਏਦਾਂ ਸਰੀਰ ਦਾ ਜਿਹੜਾ ਸਰੀਰ ਅੱਛਾ ਉਹ ਜਿਹੜੀ ਕਦੇ ਲੱਤ ਜੀ ਇੱਕ ਚੀਜ਼ ਫਸਾ ਲਈ ਕਦੇ ਉਈ ਸਾਹ ਖਿੱਚ ਲਿਆ ਤੇ ਕਦੇ ਪੁੱਠ ਸਿੱਧੇ ਹੋਏ ਸਿਹਤ ਵਾਸਤੇ ਯੋਗਾ ਕਰੀਦਾ ਵੈਸੇ ਵੀ ਉਹ ਤੁਸੀਂ ਸੁਣਿਆ ਨੀ ਬਾਕੀ ਦੀਆਂ ਗੱਲਾਂ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ ਹਾਂਜੀ ਮੈਂ ਮਸਲੀਕ ਨੇ ਕਿਹਾ ਨਹੀਂ ਮਾਫ ਕਰਨਾ ਮੈਂ ਮਸਲੀਕ ਨੇ ਨਹੀਂ ਕਿਹਾ ਮੈਂ ਮਸਲੀਕ ਨੇ ਕਿਹਾ ਸੀ ਉਹ ਨੇਰੀਆਂ ਜਾਂ ਨੇਰੀਆਂ ਬਿੱਲੋ ਬੋਤਲਾਂ ਸ਼ਰਾਬ ਦੀਆਂ ਅੱਖਾਂ ਦੇਰੀਆਂ ਜਿਹੜੀ ਸਿਹਤ ਜ਼ਰੂਰੀ ਵਾਲੀ ਗੱਲ ਹੈ ਇਹ ਗੁਰਦਾਸ ਮਾਨ ਜੀ ਨੇ ਕਹੀ ਸੀ ਅੱਛਾ ਜੀ ਜਿਹੜੇ ਪੁੱਠ ਸਿੱਧੇ ਕੰਮ ਜਿਹੜੇ ਨੇ ਵਿਹਲੇ ਬੰਦੇ ਦੇ ਕੰਮ ਨੇ ਜੀ ਕਰ ਲਓ ਨਹੀਂ ਨਹੀਂ ਅਸੀਂ ਕੋਸ਼ਿਸ਼ ਇਹ ਹੈ ਕਿ ਬਾਬਾ ਜੀ ਆਮ ਆਦਮੀ ਤੱਕ ਪਹੁੰਚਣ ਸੋ ਬਾਬਾ ਜੀ ਆਮ ਆਦਮੀ ਨੂੰ ਤੁਸੀਂ ਯੋਗਾ ਸਿਖਾਉਣ ਦੀ ਕੋਸ਼ਿਸ਼ ਕਰੋ ਹੁਣ ਮੇਰੇ ਤੱਕ ਪਹੁੰਚੂ ਮੇਰੇ ਘਰੇ ਜਾਊ ਇਹ ਹੁਣ ਸਾਡੇ ਕੋਲ ਨਾ ਆਪ ਨੂੰ ਹੈ ਨੀ ਰੋਟੀ ਖਾਣ ਨੂੰ ਜੇ ਆਪਾਂ ਦਾਇਆਂ ਦੀ ਗੱਲ ਸ਼ੁਰੂ ਕਰ ਲਈਏ 80 ਤੇ ਬਾਬਾ ਜੀ ਤੁਸੀਂ ਇਹ ਦੱਸੋ ਯੋਗਾ ਬਾਰੇ ਆਮ ਆਦਮੀ ਨੂੰ ਦੱਸੋ ਹਾਂ ਤਾਂ ਬੱਚਾ ਬੱਚਾ ਮੈਂ ਕੋਈ ਦੁੱਧ ਪੀਂਦਾ ਬੱਚਾ ਚਲੋ ਬੱਚਾ ਉਹ ਯਾਰ ਤੂੰ ਸਮਝਦਾ ਕਿਉਂ ਨਹੀਂ ਬਾਬਾ ਜੀ ਜਿਹੜੇ ਨੇ ਸਾਰਿਆਂ ਨੂੰ ਬੱਚਾ ਹੀ ਕਹਿੰਦੇ ਨੇ ਚਾਹੇ ਉਹਨਾਂ ਤੋਂ ਕੋਈ ਦੁੱਗਣੀ ਉਮਰ ਦਾ ਵੀ ਹੋਵੇ ਬੱਚਾ ਹੀ ਕਹਿੰਦੇ ਨੇ ਹੋਰ ਕਿਤੇ ਨੂੰ ਅੰਕਲ ਕਹਿੰਦੇ ਹਾਂਜੀ ਬਾਬਾ ਜੀ ਆਹ ਤਾਂ ਬੱਚਾ ਮੈਂ ਆਪਕੋ ਅਨੁਲੋਮ ਵਿਲੋਮ ਸਿਖਾਊਂਗਾ ਕੀ ਸਿਖਾਉਂਗੇ ਜੀ ਅਨੁਲੋਮ ਵਿਲੋਮ ਅਨੁਲੋਮ ਵਿਲੋਮ ਅਨੁਲੋਮ ਵਿਲੋਮ ਇਹ ਇੱਥੇ ਹੋ ਜੂ ਜੀ ਨਾ ਉਹ ਵੱਡਾ ਲੱਗਦਾ ਮੈਨੂੰ ਜਗ੍ਹਾ ਘੱਟ ਲੱਗਦੀ ਹੈ ਇਹ ਯੋਗਾ ਯੋਗਾ ਕੀ ਕਰਾਂ ਜੀ ਮੈਂ ਬੱਚਾ ਬਾਬਾ ਜੀ ਬਾਬਾ ਰੁਮਾਲ ਲੈ ਲਓ ਇੱਥੇ ਹਲੋ ਬਾਬਾ ਰੁਮਾਲ ਰੁਮਾਲ ਦਿਓ ਉਹ ਯਾਰ ਬਾਬਾ ਜੀ ਉਹ ਨਹੀਂ ਕਰ ਰਹੇ ਜੋ ਤੂੰ ਸਮਝਦਾ ਇਹ ਯੋਗਾ ਕਰ ਰਹੇ ਨੇ ਯੋਗਾ ਇਹ ਯੋਗਾ ਇਹ ਯੋਗਾ ਲੈ ਜੀ ਆ ਯੋਗਾ ਫਿਰ ਇਸ ਦਾ ਇੱਕ ਦਿਨ ਚ 20 ਵਾਰੀ ਕਰੀਦਾ ਪਿੰਡ ਚ ਇਹ ਨਮਾ ਕਰਕੇ ਸਮਾ ਇਹ ਨਹੀਂ ਹੈ ਦੋ ਹੱਥਾਂ ਨਹੀਂ ਹੈ ਅੱਛਾ ਇੱਦਾਂ ਨਹੀਂ ਇਹ ਇੱਕ ਕੱਲੇ ਗੂਠੇ ਵਾਲਾ ਕੱਲਾ ਨਿਭਾਉਣ ਲੱਗਾ ਸੀ ਇੱਥੇ ਹੁਣ ਜੀ ਜਿਵੇਂ ਟਾਈਮ ਪਹਿਲਾਂ ਬਾਏ ਨਾਲ ਖਿੱਚੋ ਸਾਂਸ ਹੋਰ ਦੂਸਰਾ ਬੰਦ ਕਰੋ ਦੂਸਰੀ ਤਰਫ ਬਾਬੇ ਹੁਣ ਅੰਦਰ ਤਾਂ ਲੈ ਗਿਆ ਬਾਹਰ ਕਿਤੇ ਤੇ ਗੱਡੀ ਆਉਣਾ ਬੱਚਾ ਇੱਕ ਤਰਫ ਛੋੜੋ ਸਾਂਸ ਕੋ ਬਾਹਰ ਨਿਕਾਲੋ ਐਸੇ ਇਹ ਸਾਡੇ ਪਿੰਡਾਂ ਵਾਲੇ ਦੇ ਕੱਲਾ ਸਾਹ ਨਹੀਂ ਆਉਣਾ ਬਾਹਰ ਇਹਦੇ ਨਾਲ ਹੋਰ ਵੀ ਸਮਾਨ ਬਾਹਰ ਆ ਸਕਦਾ ਜੀ ਤੁਸੀਂ ਇਹ ਨਾ ਕਰਵਾਓ ਮੈਥੋਂ ਆਵੇ ਆਮ ਆਦਮੀ ਦੀ ਗੱਲ ਹੈ ਜੀ ਮੈਂ ਉਹੀ ਗੱਲ ਕਰੂੰ ਜਿਹੜੀਆਂ ਗਾਲਾਂ ਕਢਾਉਣੇ ਸਰਕਾਰ ਨੂੰ ਦੇਖੋ ਜੇ ਤੁਸੀਂ ਦੂਸਰਾ ਕੋਈ ਆਸਣ ਦੱਸੋ ਆਹ ਤਾਂ ਬੱਚਾ ਮੈਂ ਤਾਂ ਆਪਣਾ ਕਪਾਲ ਬਾਤੀ ਸਿਖਾਤਾ ਹੂੰ ਕੀ ਕਪਾਲ ਬਾਤੀ ਇਹ ਦਾਤੀ ਬਾਕੀ ਯੋਗਾ ਯੋਗਾ ਦੇਖੋ ਜਿਵੇਂ ਕਹਿੰਦੇ ਕਰੋ ਪੇਟ ਤੋਂ ਸਾਸ ਬਾਹਰ ਨਿਕਾਲਣਾ ਸਾਨੂੰ ਪਿੰਡਾਂ ਨੂੰ ਕੋਈ ਐਂ ਜੇ ਕਰਕੇ ਕੋਈ ਪੁਰਾਣੀ ਬਿਮਾਰੀ ਉੱਠ ਖੜਨੀ ਹੈ ਮੈਂ ਥੂ ਥੂ ਆ ਜੂਗਾ ਜੀ ਐਵੇਂ ਤੁਹਾਡੇ ਗੱਲ ਪੈ ਜਾਂਗੇ ਨਾਲੇ ਇਹ ਮੈਨੂੰ ਯੋਗਾ ਜਿਹਾ ਵਧੀਆ ਨੀ ਲੱਗਿਆ ਜੀ ਇਹਦੇ ਨਾਲੇ ਸਾਡੇ ਪਿੰਡ ਜੀ ਕੁੱਤਿਆਂ ਨੂੰ ਹੁੰਦੀ ਹੈ ਜੀ ਖੰਘ ਤਿੰਨ ਕੁ ਦਿਨ ਕੁੱਤਾ ਇਹ ਭੌਂਕਦਾ ਡੇਡੀ ਜੀ ਕਿੱਥੇ ਕਰਕੇ ਤੀਜੇ ਕੁ ਦਿਨ ਕਿਸੇ ਨਾ ਕਿਸੇ ਰੂੜੀ ਤੇ ਮਰਿਆ ਪਿਆ ਹੁੰਦਾ ਜੀ ਮੂੰਹ ਚ ਝੱਗ ਗਿਆ ਮਾਫ ਕਰਨਾ ਮੈਨੂੰ ਲੱਗਦਾ ਤੁਹਾਨੂੰ ਯੋਗਾ ਬਾਰੇ ਪਤਾ ਨਹੀਂ ਹੈ ਇਹ ਕਿਸੇ ਚੀਜ਼ ਨੂੰ ਮਾਰਨ ਵਾਸਤੇ ਨਹੀਂ ਬਲਕਿ ਸਰੀਰ ਨੂੰ ਠੀਕ ਰੱਖਣ ਵਾਸਤੇ ਇਹ ਸਾਡੇ ਸਰੀਰ ਨੂੰ ਫਿਟ ਰੱਖਣ ਵਾਸਤੇ ਹੁੰਦਾ ਅਗਰ ਤੁਸੀਂ ਯੋਗਾ ਕਰੋਗੇ ਆਮ ਆਦਮੀ ਯੋਗਾ ਕਰੇਗਾ ਉਸਦਾ ਸਰੀਰ ਬਿਲਕੁਲ ਫਿਟ ਰਹੇਗਾ ਉਸਦਾ ਜਿਹੜਾ ਹਾਜ਼ਮਾ ਹੈ ਉਹ ਵੀ ਬਿਲਕੁਲ ਦਰੁਸਤ ਰਹੇਗਾ ਯੋਗੇ ਨਾਲ ਆਮ ਆਦਮੀ ਸਿਹਤ ਫਿੱਟ ਰਹਿੰਦੀ ਹੈ ਤੇ ਉਹਦਾ ਹਾਜ਼ਮਾ ਠੀਕ ਰਹਿੰਦਾ ਬਿਲਕੁਲ ਰਾਈਟ
ਫਿਰ ਇਹ ਆਮ ਆਦਮੀ ਨੂੰ ਕਰਨ ਦੀ ਲੋੜ ਨੀ ਜੀ ਮੈਂ ਚੱਲਿਆ ਚੰਗਾ ਬਾਬੇ ਇੱਕ ਮਿੰਟ ਮੈਂ ਸਾਡੇ ਜੁਗਨੂ ਟੀਵੀ ਵੱਲੋਂ ਆਮ ਆਦਮੀ ਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ ਕਿ ਆਮ ਆਦਮੀ ਨੂੰ ਜਿਹੜਾ ਯੋਗਾ ਉਹ ਕਰਨ ਦੀ ਲੋੜ ਕਿਉਂ ਨਹੀਂ ਹੈ ਇਹਦੇ ਨਾਲ ਆਮ ਆਦਮੀ ਦਾ ਹਾਜ਼ਮਾ ਠੀਕ ਰਹਿੰਦਾ ਬਿਲਕੁਲ ਅੱਜ ਦੇ ਮਹਿੰਗਾਈ ਦੇ ਜ਼ਮਾਨੇ 'ਚ ਆਮ ਆਦਮੀ ਕੁਝ ਖਾ ਹੀ ਨਹੀਂ ਸਕਦਾ ਉਹਨੂੰ ਹਾਜ਼ਮਾ ਖਰਾਬ ਹੋਣ ਦਾ ਡਰ ਕੀ ਹੈ ਓਕੇ ਓਕੇ ਹੈ